Audio Jungle. हां जी सारे नु सत श्री अकाल जी, नमस्कार आदाब दोस्तों, मैं थोड़ा अपना लेवी नगरी है। उम्मीद करदा हां सारे दोस्त ठीक ठाक होवोगे। एक बहुत ही जरूरी सूचना सांझी कर रहे हैं थोड़े नाल, जिहदे करके वीडियो बनाउणी पई। सो उम्मीद करदा सारे दोस्त जिन्ने भी आ इनू सुनियो ते वध तो वध शेयर जरूर करियो, तां कि कदी भी किसे ना अजिहा स्कैम ना होवे जिहड़ा मेरे नाल होया। आओ मैं दसदा तुहानू, साडे सैट ऑफ बॉक्स लगा टाटा स्काई दा, उहदे रिगार्डिंग गूगल तो नंबर लैके उहनां नूं मैं कॉल कीती। कॉल करन उपरंत वो जिहड़े बंदे नाल गल हो रही सी, वह कहिंदा वी मेरे को जिद्दां प्रॉपर इहदा जवाब नहीं हैगा। साडे सीनियर अधिकारी आ जिहड़े, ਉਹਨਾਂ ਦੇ ਕਾਲ ਤੁਹਾਨੂੰ ਵਿੱਚ ਆ ਰਹੀ ਆ, ਉਹ ਰਿਸੀਵ ਕਰੋ ਅਤੇ ਉਹ ਤੁਹਾਡਾ ਮਤਲਬ ਸਮੱਸਿਆ ਦਾ ਜਿਹੜਾ ਸਮਾਧਾਨ ਕਰ ਦੋਗੇ। ਅਤੇ ਮੈਂ ਦੋਸਤੋ ਉਹਦੀ ਕਾਲ ਰਿਸੀਵ ਕਰ ਲਈ ਅਤੇ ਗੱਲਬਾਤ ਹੋਈ ਉਹਦੇ ਨਾਲ। ਉਹਨੇ ਮੈਨੂੰ ਇੱਕ ਸੋਫਟਵੇਅਰ ਡਾਊਨਲੋਡ ਕਰਨ ਲਈ ਕਿਹਾ ਜਿਹਦਾ ਨਾਮ ਹੈ ਐਨੀ ਡੈਸਕ ਨਾਮ ਦਾ ਸੋਫਟਵੇਅਰ ਉਹਨੇ ਮੈਨੂੰ ਡਾਊਨਲੋਡ ਕਰਨ ਲਈ ਕਿਹਾ ਅਤੇ ਉਹਦੇ ਕਹਿਣ ਅਨੁਸਾਰ ਹੀ ਮੈਂ ਸੋਫਟਵੇਅਰ ਡਾਊਨਲੋਡ ਕਰ ਲਿਆ। ਮੈਂ ਕਿਹਾ ਹੋ ਸਕਦਾ ਵੀ ਚੈਨਲ ਦਾ ਜਿੱਦਾਂ ਹੁੰਦਾ ਨਾ ਵੀ ਕੋਈ ਚੈਨਲ ਸੈਟਿੰਗ ਉਹਨੇ ਕਰਨੀ ਹੋਵੇ ਉੱਤੋਂ, ਅਤੇ ਉਹਦੇ ਉੱਪਰ ਇੱਕ ਨਾ 9 ਡਿਜਿਟ ਦਾ ਕੋਈ ਉਹ ਆਉਂਦਾ ਕੋਡ, ਅਤੇ ਉਹ ਕੋਡ ਜਿਹੜਾ ਸੀਗਾ ਉਹ ਉਹਨੇ ਮੇਰੇ ਕੋਲੋਂ ਮੰਗਿਆ ਵੀ ਦੱਸੋ, ਅਤੇ ਆਫਟਰ ਦੈਟ ਹੀ ਜਿਹੜਾ ਤੁਹਾਡੇ ਚੈਨਲ ਦੀ ਸੈਟਿੰਗ ਆ ਫੇਈ ਹੋਣੀ ਆ। ਉਹ ਉਹਨੇ ਕੋਡ ਮੇਰੇ ਕੋਲੋਂ ਲੈ ਕੇ ਦੋਸਤੋ ਜਿੰਨਾ ਵੀ ਮੇਰੇ ਉਹਦੇ ਨਾਲ, ਇਹ ਹੁੰਦਾ ਆ ਵੀ ਆਪਾਂ ਇੱਕ ਫੋਨ ਦੀ ਜਿਹੜੀ ਸਕਰੀਨ ਆ, ਜਿੱਦਾਂ ਹੁਣ ਆਪਣੇ ਮੇਰੇ ਵਾਲੇ ਫੋਨ ਦੀ ਸਕਰੀਨ ਸੀ ਉਹ ਉਹਦੇ ਨਾਲ ਸਾਂਝੀ ਕਰ ਚੁੱਕੇ ਹੁੰਦੇ ਹਾਂ ਜਦੋਂ ਆਪਾਂ ਉਹਨਾਂ ਨੂੰ ਉਹ ਕੋਡ ਦੱਸਦੇ ਹਾਂ। ਅਤੇ ਉਹਨੇ ਸਕਰੀਨ ਸਾਂਝੀ ਕਰਕੇ ਮੇਰੇ ਅਕਾਊਂਟ ਵਿੱਚ ਜਿੰਨੇ ਵੀ ਪੈਸੇ ਸੀਗੇ ਉਹ ਸਾਰੇ ਉਹਦੇ ਵਿੱਚੋਂ ਡੈਬਿਟ ਹੋ ਗਏ ਉਸੇ ਟਾਈਮ, ਅਤੇ ਮੇਰਾ ਅਕਾਊਂਟ ਬਿਲਕੁਲ ਖਤਮ ਹੋ ਗਿਆ, ਫਿਨਿਸ਼ ਕਰਤਾ ਉਹਨੇ। ਕਿਉਂਕਿ ਮੈਂ ਕੱਲ੍ਹ ਵੀ ਪੋਸਟ ਪਾਈ ਸੀ ਨਾ, ਬਹੁਤ ਸਾਰੇ ਦੋਸਤਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਇੰਨੇ ਸੂਝਵਾਨ ਆ ਜਾਂ ਸਮਝਦਾਰ ਆ, ਕੁਛ ਵੀ ਵੀ ਤੁਹਾਡੇ ਨਾਲ ਕਿੱਦਾਂ ਹੋ ਗਿਆ ਨਾ। ਬਹੁਤ ਸਾਰੇ ਦੋਸਤਾਂ ਦੀਆਂ ਕਾਲਾਂ ਵੀ ਆ ਰਹੀਆਂ, ਕੱਲ੍ਹ ਦੀਆਂ ਹੀ ਆ ਰਹੀਆਂ, ਤਾਂ ਮੈਂ ਸਾਰਿਆਂ ਨੂੰ ਫਿਰ ਮੈਂ ਕਿਹਾ ਵੀ ਜੇ ਕਈਆਂ ਦੀ ਕਾਲ ਨਹੀਂ ਵੀ ਰਿਸੀਵ ਹੋਈ ਇੱਕ ਵੀਡੀਓ ਬਣਾ ਕੇ ਪਾਈ ਜਾਵੇ ਤਾਂ ਕਿ ਇੱਦਾਂ ਦੇ ਸਕੈਮ ਤੋਂ ਬਚਿਆ ਜਾ ਸਕੇ। ਉਹ ਜਿਹੜਾ ਸੋਫਟਵੇਅਰ ਡਾਊਨਲੋਡ ਕਰ ਲਏ ਕਹਿੰਦੇ ਆ, ਤੁਸੀਂ ਭੁੱਲ ਕੇ ਵੀ ਡਾਊਨਲੋਡ ਨਹੀਂ ਕਰਨਾ ਉਹਨੂੰ, ਅਤੇ ਉਹਦੇ ਨਾਲ ਕੀ ਹੁੰਦਾ ਤੁਸੀਂ ਆਪਣੀ ਜਿਹੜੀ ਸਾਰੀ ਸਕਰੀਨਿੰਗ ਆ ਤੁਹਾਡੀ ਉਹਦੇ ਨਾਲ ਸ਼ੇਅਰ ਹੋ ਜਾਂਦੀ ਆ, ਉਹਦੇ ਵਿੱਚੋਂ ਤੁਹਾਡੇ ਉਹ ਪਰਸਨਲ ਜਿਹੜੀਆਂ ਜੋ ਵੀ ਫੋਟੋਗ੍ਰਾਫਸ ਵੀਡੀਓਜ਼ ਸਾਰਾ ਕੁਛ ਉਹ ਜਿੱਦਾਂ ਟਰੇਸ ਕਰ ਸਕਦਾ ਆ, ਅਤੇ ਜਿੰਨੇ ਤੁਹਾਡੇ ਅਕਾਊਂਟ 'ਚ ਬੈਲੈਂਸ ਹੁੰਦਾ ਆ ਉਹ ਵੀ ਸਾਰਾ ਉਹ ਖਤਮ ਕਰ ਦਿੰਦਾ ਨਾ। ਅਤੇ ਉਹਦੇ ਸੰਬੰਧੀ ਮੈਂ ਅੱਜ ਆਪਣੇ ਇੱਥੇ ਜਲੰਧਰ ਸਾਈਬਰ ਸੈੱਲ ਉੱਥੇ ਸਾਈਬਰ ਕ੍ਰਾਈਮ 'ਚ ਰਿਪੋਰਟ ਕਰਵਾ ਦਿੱਤੀ ਆ ਔਲਰੇਡੀ, ਅਤੇ ਅਕਾਊਂਟ ਵੀ ਫਰੀਜ਼ ਕਰਵਾਇਆ ਮੈਂ, ਬੰਦ ਕਰਵਾ ਦਿੱਤਾ ਆ। ਸੋ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਤੁਸੀਂ ਭੁੱਲ ਕੇ ਵੀ ਇੱਦਾਂ ਦੀਆਂ ਜਿਹੜੀਆਂ ਫਰੋਡ ਕਾਲਾਂ ਆ, ਜਿੰਨੇ ਫਰੋਡਸਟਰ ਆ ਉਹਨਾਂ ਤੋਂ ਬਚੋ। ਕੋਈ ਇੱਦਾਂ ਦੀ ਕਾਲ ਕਿਸੇ ਦੀ ਰਿਸੀਵ ਨਹੀਂ ਕਰਨੀ, ਜੇ ਤੁਹਾਨੂੰ ਕੋਈ ਸੋਫਟਵੇਅਰ ਡਾਊਨਲੋਡ ਕਰਨ ਲਈ ਕਹਿੰਦਾ ਉਹ ਬਿਲਕੁਲ ਨਹੀਂ ਕਰਨਾ, ਉਹਨੂੰ ਉਸੇ ਟਾਈਮ ਬਿਲਕੁਲ ਉਹਦਾ ਕੱਟ ਆਫ ਕਰਕੇ ਉਹਨੂੰ ਬਲੌਕ ਕਰੋ। ਉਹਦੀ ਅੱਜ ਵੀ ਪੈਸੇ ਡਿਡਕਟ ਹੋਣ ਤੋਂ ਬਾਅਦ ਵੀ ਉਹਦਾ ਬੰਦੇ ਦਾ ਫੋਨ ਆਉਂਦਾ ਸੀ ਕਿ ਤੁਹਾਡਾ ਜਿਹੜਾ ਸਰਵਰ ਆ ਉਹ ਡਾਊਨ ਆ, ਮੇਰੇ ਕੋਲ ਗਲਤੀ ਨਾਲ ਪੈਸੇ ਨਿਕਲੇ ਗਏ, ਤੁਸੀਂ ਕੋਈ ਹੋਰ ਬੈਂਕ ਦਾ ਅਕਾਊਂਟ ਦਿਓ, ਉਹਦੇ 'ਤੇ ਮੈਂ ਜਿਹੜੇ ਟ੍ਰਾਂਸਫਰ ਕਰ ਦਿੰਦਾ। ਤੋ ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜਾ ਦੂਸਰਾ ਅਕਾਊਂਟ ਵੀ ਆ ਉਹਦੇ ਵਿੱਚੋਂ ਵੀ ਜਿਹੜੇ ਪੈਸੇ ਆ ਉਹ ਵੀ ਮਤਲਬ ਡੈਬਿਟ ਕਰ ਲਿੱਤੇ ਜਾਣ, ਹੈ ਨਾ। ਸੋ ਸਾਰੇ ਇੱਦਾਂ ਦੇ ਫਰੋਡਸਟਰਾਂ ਤੋਂ ਬਚੋ ਵੱਧ ਤੋਂ ਵੱਧ, ਮੇਰੀ ਬੇਨਤੀ ਆ ਸਾਰਿਆਂ ਨੂੰ, ਅਤੇ ਤਾਂ ਕਿ ਮੇਰੇ ਕਿਸੇ ਭਰਾ ਨਾਲ ਇੱਦਾਂ ਦਾ ਕੋਈ ਸਕੈਮ ਨਾ ਹੋਵੇ। ਤੋ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ, ਸਪੋਰਟ ਕਰੋ, ਇੱਦਾਂ ਦੇ ਜਿਹੜੇ ਫੇਕ ਬੰਦੇ ਆ ਜਾਂ ਜਿਹੜੇ ਇੱਦਾਂ ਦੇ ਫਰੋਡਸਟਰ ਆ ਉਹਨਾਂ ਤੋਂ ਬਚੋ ਜਿੰਨਾ ਵੀ ਬਚ ਹੁੰਦਾ। ਥੈਂਕ ਯੂ ਸੋ ਮੱਚ।